ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਾਨ। ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਬਿਰਾਜਮਾਨ ਹੋ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਿਚਾਰ ਚੱਲ ਰਹੀ ਸੀ ਸ਼ਬਦ ਸ੍ਰੀ ਰਾਗ ਵਿੱਚ ਜੋ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਹਨ, ਜੋ ਸਾਰੇ ਜਗਤ ਨੂੰ ਸਾਰੀ ਮਨੁੱਖਤਾ ਨੂੰ ਸੰਦੇਸ਼ ਦੇ ਰਹੇ ਹਨ, ਆਤਮ ਕਲਿਆਣ ਦਾ, ਸਹਿਜ ਦੀ ਪ੍ਰਾਪਤੀ ਦਾ, ਸਹਿਜ ਅਵਸਥਾ ਦੀ ਪ੍ਰਾਪਤੀ ਦਾ ਜੋ ਪ੍ਰੇਰਨਾ ਦੇ ਰਹੇ ਹਨ, ਉਸ ਸੰਬੰਧ ਵਿੱਚ ਸਤਿਗੁਰੂ ਜੀ ਫਰਮਾ ਰਹੇ ਹਨ। ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਾਨ। ਜਿਸ ਇਨਸਾਨ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰਮੁਖ ਹੋ ਕੇ ਹਰੀ ਦਾ ਨਾਮ ਪ੍ਰਾਪਤ ਕੀਤਾ ਹੈ, ਸ਼ਬਦ ਪ੍ਰਾਪਤ ਕੀਤਾ ਹੈ, ਗੁਰੂ ਦੀ ਸਿੱਖਿਆ ਪ੍ਰਾਪਤ ਕੀਤੀ ਹੈ, ਉਸ ਸਿੱਖਿਆ ਦੇ ਮੁਤਾਬਕ ਆਪਣਾ ਮਨ ਬਣਾਇਆ ਹੈ, ਆਪਣਾ ਸੁਭਾਅ ਬਣਾਇਆ ਹੈ, ਆਪਣਾ ਜੀਵਨ ਬਣਾਇਆ ਹੈ, ਉਸ ਇਨਸਾਨ ਦਾ ਮਨ ਨਿਰਮਲ ਹੋ ਜਾਂਦਾ ਹੈ। ਨਿਰਮਲ ਨਿਰ ਜਮਾ ਮਲ, ਮਲ ਬਿਨਾ ਮੈਲ, ਨਿਰ ਜਿੱਥੇ ਮੈਲ ਨਹੀਂ ਹੈ, ਮੈਲ ਖਤਮ ਹੋ ਗਈ, ਨਿਰਮਲ ਬਿਨਾ, ਮੈਲ ਤੋਂ ਬਿਨਾ ਪਵਿੱਤਰ, ਸਾਫ, ਸ਼ੁੱਧ, ਨਿਰਮਲ ਬਿਨਾ ਸ਼ੁੱਧ, ਉਹਨਾਂ ਦਾ ਮਨ ਸ਼ੁੱਧ ਹੋ ਜਾਂਦਾ ਹੈ। ਹਰ ਰਵ ਰਿਹਾ ਪਾਇਆ ਦਰਗਹਿ ਮਾਨ, ਤੇ ਉਹ ਹਮੇਸ਼ਾ ਜੋ ਰਵ ਰਿਹਾ ਹੈ ਹਰ ਥਾਂ ਤੇ, ਪਰਮ ਪਰਮੇਸ਼ਵਰ ਜੋ ਰਵ ਰਿਹਾ ਹੈ, ਉਸਦਾ ਗਿਆਨ ਪ੍ਰਾਪਤ ਕਰਦੇ ਹਨ ਤੇ ਪਰਬ੍ਰਹਮ ਪਰਮੇਸ਼ਰ ਦੇ ਦਰਬਾਰ ਵਿੱਚ ਮਾਣ ਇੱਜ਼ਤ ਪ੍ਰਾਪਤ ਕਰਦੇ ਹਨ। ਦੀ ਮਾਇੰਡ, ਦੀ ਇੰਟਲੈਕਟ, ਦੀ ਥਾਟ ਆਫ ਮੋਰਟਲਸ ਬਿਕਮ ਪਿਓਰ ਵਿਦਆਊਟ ਫਿਲਥ, ਦੀ ਫਿਲਥ ਫਰੋਮ ਦੀ ਮਾਇੰਡ ਇਜ਼ ਰਿਮੂਵਡ ਆਫ ਸੱਚ ਪੀਪਲ ਹੂ ਬਿਕਮ ਗੁਰੂ ਵਰਡਸ, who obtain teachings, lessons from the Guru and make their life according to the advice of the Guru, they get divine knowledge and they get an honor in the court of the Lord. Satgur sevan apna te virle sansar, par aise log jo han bade paaga wale ਬਿਰਲੇ ਹੁੰਦੇ ਹਨ, ਬਹੁਤੇ ਨਹੀਂ ਹੁੰਦੇ, ਬਹੁਤੇ ਨਹੀਂ ਹੁੰਦੇ। ਕੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਚੀਤ, ਇਹ ਵੱਡੇ ਭਾਗਾਂ ਨਾਲ ਕੁਝ ਬਿਰਲਿਆਂ ਨੂੰ ਹੀ ਇਹ ਬਾਤ ਪ੍ਰਾਪਤ ਹੁੰਦੀ ਹੈ, ਭੀੜ ਨੂੰ ਪ੍ਰਾਪਤ ਨਹੀਂ ਹੁੰਦੀ, ਬਹੁਤ ਲੋਕਾਂ ਨੂੰ, ਅਣਗਿਣਤ ਲੋਕਾਂ ਨੂੰ ਪ੍ਰਾਪਤ ਨਹੀਂ ਹੁੰਦੀ, ਗਿਣੇ ਚੁਣਿਆਂ ਨੂੰ ਪ੍ਰਾਪਤ, ਬਿਰਲਿਆਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਹਨ। ਆਪਣੇ ਸਤਿਗੁਰੂ ਦੀ ਸੇਵਾ ਕਰਨ ਵਾਲੇ ਬਹੁਤ ਵਿਰਲੇ ਹਨ ਸੰਸਾਰ ਦੇ ਵਿੱਚ। ਥਰੂ ਆਊਟ ਦੀ ਵਰਲਡ ਦੇਰ ਆਰ ਵੈਰੀ ਲਿਮਿਟਡ ਨੰਬਰ ਆਫ ਪੀਪਲ ਹੂ ਸਰਵ, ਹੂ ਆਰ ਲੱਕੀ ਇਨਫ, ਫਾਰਚੂਨੇਟ ਇਨਫ ਟੂ ਹੈਵ ਸਰਵ ਦੇਅਰ ਟਰੂ ਗੁਰੂ। ਹਉ ਮੈਂ ਮਮਤਾ ਮਾਰ ਕੇ ਹਰ ਰਾਖਿਆ ਉਧਾਰ, ਜਿਨ੍ਹਾਂ ਨੇ ਆਪਣੀ ਹਉਮੈ ਨੂੰ ਤੇ ਮੋਹ ਮਮਤਾ ਨੂੰ, ਮੋਹ ਮਮਤਾ, ਮੋਹ ਅੰਦਰੋਂ ਜਿਨਕਾ ਮੋਹ ਤੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਇਹ ਮੋਹ ਜੋ ਹੈ ਜੇ ਟੁੱਟ ਜਾਵੇ, ਮਮਤਾ ਜੇ ਟੁੱਟ ਜਾਵੇ, ਹਉਮੈ ਜੇ ਨਿਕਲ ਜਾਵੇ, ਮਾਰ ਕੇ ਉਹ ਹਉਮੈ ਤੇ ਮਮਤਾ ਨੂੰ ਮਾਰ ਲੈਂਦੇ ਹਨ ਜੋ ਗੁਰੂ ਦੀ ਸ਼ਰਨ ਜਾਂਦੇ ਹਨ, ਜੋ ਗੁਰਮੁਖ ਹੋ ਜਾਂਦੇ ਹਨ। Those who become guru words, they can kill their ego, do away with their ego, get rid of the ego, the self-conceit, the pride. ਹਰ ਰੱਖਿਆ ਉਧਾਰ, ਉਹ
ਹਰੀ ਨੂੰ ਆਪਣੇ ਹਿਰਦੇ ਵਿੱਚ ਰੱਖ ਲੈਂਦੇ ਹਨ। ਹਰ ਰੱਖਿਆ ਔਰ ਧਾਰ ਔਰ ਮੇਰਾ ਹਿਰਦਾ ਧਾਰ ਧਾਰਨਾ ਆਪਣੇ ਹਿਰਦੇ ਵਿੱਚ ਧਾਰ ਲੈਂਦੇ ਹਨ ਔਰ ਧਾਰ ਆਪਣੇ ਹਿਰਦੇ ਵਿੱਚ ਰੱਖ ਲੈਂਦੇ ਹਨ ਹਰੀ ਨੂੰ ਹਰੀ ਦੇ ਨਾਮ ਨੂੰ ਹਰੀ ਦੀ ਯਾਦ ਨੂੰ ਹਰੀ ਦੇ ਗੁਣਾਂ ਨੂੰ ਹਰੀ ਦੀ ਵਿਸ਼ੇਸ਼ਤਾਈਆਂ ਨੂੰ ਹਰੀ ਦੇ ਪਿਆਰ ਨੂੰ ਆਪਣੇ ਹਿਰਦੇ ਵਿੱਚ ਰੱਖ ਲੈਂਦੇ ਹਨ। ਦੇ ਕੀਪ ਇਨ ਦੇਅਰ ਮਾਇੰਡ ਦੇ ਕੀਪ ਇਨ ਦੇਅਰ ਹਾਰਟ ਦੀ ਹੋਲੀ ਨੇਮ ਆਫ ਦੀ ਲਾਰਡ ਦੀ ਪ੍ਰੇਜ਼ਸ ਆਫ ਦੀ ਲਾਰਡ ਦੀ ਐਕਸਲੈਂਸਿਸ ਆਫ ਦੀ ਲਾਰਡ in their heart. They keep the holy name collapsed to their heart, to their mind. Hau tin ke paliharne jinna naame lagga pyar Satguru ji farma rahe han ki main unna to palihar janda haan sadke janda haan qurban janda haan jinna nu ਨਾਮ ਦੇ ਨਾਲ ਪਿਆਰ ਲੱਗ ਗਿਆ ਲੋਕਾਂ ਨੂੰ ਆਪਣੇ ਪਰਿਵਾਰ ਨਾਲ ਪਿਆਰ ਲੱਗਦਾ ਹੈ ਮਾਇਆ ਨਾਲ ਪਿਆਰ ਲੱਗਦਾ ਹੈ ਆਪਣੇ ਕੋਠੀ ਨਾਲ ਕਾਰ ਨਾਲ ਪਿਆਰ ਲੱਗਦਾ ਹੈ ਆਪਣੇ ਰੁਤਬੇ ਨਾਲ ਆਪਣੀ ਸ਼ੋਹਰਤ ਨਾਲ ਪਿਆਰ ਲੱਗਦਾ ਹੈ ਹੋਰ ਦੁਨਿਆਵੀ ਵਸਤਾਂ ਜਿਹੜੀਆਂ ਨਾਸ਼ਵਾਨ ਹਨ ਉਹਦੇ ਨਾਲ ਪਿਆਰ ਲੱਗਦਾ ਹੈ ਆਮ ਤੌਰ 'ਤੇ ਦੁਨੀਆਂ ਨੂੰ ਪਿਆਰ ਇਸ ਨਾਲ ਲੱਗਦਾ ਹੈ ਕੋਈ ਬਿਰਲਾ ਹੁੰਦਾ ਹੈ ਜਿਸ ਨੂੰ ਨਾਮ ਨਾਲ ਪਿਆਰ ਲੱਗ ਜਾਂਦਾ ਹੈ ਤੇ ਜਿਸ ਦਾ ਪਿਆਰ ਨਾਮ ਨਾਲ ਪੈ ਗਿਆ ਜਿਸ ਨੂੰ ਨਾਮ ਪਿਆਰਾ ਲੱਗਣ ਲੱਗ ਗਿਆ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਬਲਿਆਰ ਜਾਂਦਾ ਹਾਂ ਆਈ ਐਮ ਸੈਕਰੀਫਾਈਸ ਆਨ ਟੂ ਦੈਮ ਹੂ ਸਟਾਰਟ ਲਵਿੰਗ ਦੀ ਹੋਲੀ ਨੇਮ ਆਫ ਦੀ ਲਾਰਡ ਹੂ ਹੈਜ਼ ਲਵ ਫਾਰ ਦੀ ਨੇਮ ਆਫ ਦੀ ਲਾਰਡ ਸਹੀ ਸੁਖੀਏ ਚੌ ਜੁਗੀ ਜਿੰਨਾ ਨਾਮ ਅਖੁੱਟ ਅਪਾਰ ਚਾਰਾਂ ਯੁੱਗਾਂ ਦੇ ਵਿੱਚ ਸੱਤ ਯੁੱਗ ਤ੍ਰੇਤਾ ਦੁਆਪਰ ਕਲ ਯੁੱਗ ਇਹ ਚਾਰ ਯੁੱਗ ਹਨ ਚਾਰਾਂ ਯੁੱਗਾਂ ਦੇ ਵਿੱਚ ਜੋ ਇਨਸਾਨ ਹਨ ਉਹੀ ਸੁਖੀ ਹੋ ਸਕਦੇ ਹਨ ਭਾਵੇਂ ਕੋਈ ਵੀ ਯੁੱਗ ਹੋਵੇ ਇਨ ਆਲ ਦੀ ਏਜਸ ਇਨ ਆਲ ਦੀ ਫੋਰ ਏਜਸ ਵਾਟ ਐਵਰ ਇਜ਼ ਦੀ ਏਜ People can be peaceful only, they can get peace only. They can only get peace if they have love for the holy name of the Lord. Jai Vananda, naam nal pyaar hai. Jai naam nal pyaar hai, tahi ho, char juga vich seh, sehi sukhiye. ਜੋ ਜੁਗੀ ਜਿੰਨਾ ਨਾਮ ਅਖੁੱਟ ਅਪਾਰ ਜਿੰਨਾ ਨਾਮ ਅਖੁੱਟ ਅਪਾਰ ਹਰੀ ਦਾ ਨਾਮ ਜੋ ਹੈ ਅਖੁੱਟ ਹੈ ਅਪਾਰ ਅਪਰੰਪਾਰ ਹੈ ਪਰਮ ਪਰਮੇਸ਼ਰ ਅਪਰੰਪਾਰ ਹੈ ਜਿਸ ਦਾ ਕੋਈ ਅੰਤ ਨਹੀਂ ਹੈ ਜਿਸ ਦਾ ਕੋਈ ਉਰਲਾ ਤੇ ਪਰਲਾ ਬੰਨਾ ਨਹੀਂ ਹੈ ਅਪਾਰ ਉਸ ਦਾ ਨਾਮ ਅਖੁੱਟ ਹੈ ਜੋ ਮੁੱਕਣ ਵਾਲਾ ਨਹੀਂ ਹੈ ਅਟੁੱਟ ਹੈ ਅਖੁੱਟ ਹੈ ਜੋ ਕਦੇ ਖਤਮ ਨਹੀਂ ਹੁੰਦਾ ਅਖੁੱਟ ਅਖੁੱਟ ਤੋਂ ਪਾਪ ਜੋ ਕਦੇ ਖਤਮ ਨਾ ਹੋਵੇ ਇਨਐਗਜ਼ਾਸਟੀਬਲ ਹੀ ਇਜ਼ ਲਿਮਿਟਲੈਸ ਦੀ ਲਾਰਡ ਇਜ਼ ਲਿਮਿਟਲੈਸ ਐਂਡ ਹਿਸ ਨੇਮ ਇਜ਼ ਇਨਐਗਜ਼ਾਸਟੀਬਲ ਇਟ ਡਜ਼ਨਟ ਐਗਜ਼ਾਸਟ ਐਟ ਐਨੀ ਮੋਮੈਂਟ ਡਜ਼ਨਟ ਐਗਜ਼ਾਸਟ ਇਨਐਗਜ਼ਾਸਟੀਬਲ ਹਿਸ ਨੇਮ ਇਜ਼ ਇਨਐਗਜ਼ਾਸਟੀਬਲ The Lord is limitless. His name is inexhaustible. Akhut apar. Jinna naam akhut apar. Jinna ne us aparampar de akhut naam nu pyaar kita hai. Unnu apne hirde vich vasa liya hai. Naam nu prapat kar liya hai Guru di kripa naal. Oh, sukhi hai. Chara jagah vich sukhi hai. ਉਹੀ ਸੁਖੀ ਹੋ ਸਕਦੇ ਹਨ ਜੇ ਕੋਈ ਸੁੱਖ ਪ੍ਰਾਪਤ ਕੀਤਾ ਹੈ ਕਿਸੇ ਨੇ ਜੇ ਕੋਈ ਸੁਖੀ ਹੋਇਆ ਹੈ
जिसमें कोई दुख नहीं है, वन हु डजंट हैव एनी ग्रीफ, ही इज इन पीस ओनली, ही डजंट हैव ए ग्रीफ, ओ उसको कहने सुखिया, हु इज सुखिया, हु डजंट हैव ए ग्रीफ, ऑल दी ग्रीफ्स आर डन अवे विद, देयर इज नो ग्रीफ विद हिम, ही हैज only the only peace, only equate voices with him, only supreme bliss in which he is residing now, there is supreme bliss in which he is there existing in supreme bliss only. Gur milya naam paiya chuka mo pyaas, naam di prapti ta hi hoegi je guru naal mel hovega. The holy name of the Lord is obtainable only if we meet the true Guru. Te jada sada moh hai, pyaas hai, trishna hai, ek kharm ho jayegi je Guru nu milange, naam di prapti karke hovegi, Guru nu milange, naam di prapti hovegi, sadi bhukh pyaas trishna tre khatam ho jayegi. Our thirst, our thirst will be quenched if we meet Guru, obtain the holy name of the Lord from the Guru. Har seti man rav reha kar hi mahe udas, har seti hari de naal apna man lagya rahega, kar hi mahe udas, apne ghar de vich hi, apne grast de vich hi, apne sharir de vich hi, oh insaan detach ho jayega, उदास हो जाएगा. Who is detached from the worldly affairs, from mammon, from evil passions, if he becomes free within his body itself, he will get he will obtain all this when his mind remains constantly imbued with the holy name of the Lord. ਜਦੋਂ ਉਹ ਹਰੀ ਦੇ ਨਾਲ ਉਸਦਾ ਮਨ ਲੱਗਿਆ ਰਹੇਗਾ ਤਾਂ ਉਹ ਘਰ ਵਿੱਚ ਹੀ ਉਦਾਸ ਹੋ ਜਾਏਗਾ, ਪਾਪ ਆਪਣੀ ਦੇਹ ਦੇ ਵਿੱਚ ਹੀ ਪ੍ਰਾਪਤੀ ਕਰ ਲਏਗਾ. ਜਿਨ੍ਹਾਂ ਹਰ ਕਾ ਸਾਧ ਆਇਆ ਹੋ ਤਿੰਨ ਬਲਿਹਾਰੈ ਜਾਸ, ਜਿਨ੍ਹਾਂ ਨੂੰ ਹਰੀ ਦੇ ਨਾਮ ਦੇ ਵਿੱਚ ਸਵਾਦ ਆਇਆ ਹੈ ਉਹਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ. ਆਈ ਐਮ ਸੈਕਰੀਫਾਈਸ ਐਂਡ ਟੂ ਦੈਮ ਹੂ ਗੈਟ ਏ ਟੇਸਟ of the holy name of the Lord. Nanak na tri paiye sach naam gun taas, Satguru ji farma rahe han ke sache da naam jo guna da khazana hai oh ta hi prapt ho sakda hai je Satguru di parabrahm parmeshwar di bakhshish hove. If there is grace of this true Guru and the Lord, only then this trier of excellences, the holy name, can be obtained. The Sadh Sangat Ji, itni seva praman karni ji, hoiya pulna ji kaam kaiya akharwad kaat maaf karna ji, aap ji bakshan yog ho, aao, fateh di saanj kariye ji, Vaheguru ji ka khalsa, Vaheguru ji ki fateh.